ਦੇ ਅਗਲੇ ਸਾਲ ਨੂੰ ਬਣਾਉਣ ਵਾਲਾ ਆ ਜਾਵੇ। ਵੱਡੇ ਸੰਤ ਮਹਾਰਾਜ ਭੀੜ ਨਗਰ ਚ ਗਏ ਸੀ, ਕਹਿੰਦੇ ਅੱਜ ਤੇ ਮੇਰੇ ਹੱਥ ਤੇ ਬੰਨ ਦੇ ਰੱਖੜੀ, ਅਗਲਾ ਸਾਲ ਆਏਗਾ ਤੇ ਇਹ ਰੱਖੜੀ ਬਣਾਉਣ ਵਾਲਾ ਵੀ ਆ ਜੂ, ਲੱਭੇਗਾ ਵੀ ਇਹੋ ਜਿਹਾ ਸਾਧੂ। ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ, 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 ਸਾਧੂ ਸਭ ਚੰਗੇ ਨੇ। ਬੋਲੋ ਮਿਲ ਕੇ, ਬੋਲੋ ਮਿਲ ਕੇ, ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ, ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ, 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 ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ, ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ, ਸਾਧੂ ਸਭ ਚੰਗੇ ਨੇ ਸਾਰੇ ਪੜੋ ਤੇਰੇ ਵਰਗਾ, ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ, ਸਾਧੂ ਸਭ ਚੰਗੇ ਨੇ ਮਿਲਣਾ ਨਹੀਂ ਤੇਰੇ ਵਰਗਾ। ਸਾਰੇ ਸਤਿਕਾਰ ਯੋਗ ਹਨ, ਪਰ ਸੰਤ ਮਹਾਰਾਜ ਵਰਗਾ ਕੋਈ ਬਣ ਜਾਵੇ, ਕੋਈ ਜਿੰਨਾ ਮਰਜ਼ੀ ਯਤਨ ਕਰੇਗਾ, ਕੋਈ ਜਿੰਨੀ ਮਰਜ਼ੀ ਕੋਸ਼ਿਸ਼ ਕਰੇ, ਕੋਈ ਉਹਨਾਂ ਵਰਗੇ ਕੱਪੜੇ ਤੇ ਪਾ ਸਕਦਾ, ਕੋਈ ਉਹਨਾਂ ਵਰਗਾ ਹੋ ਸਕਦਾ ਵਾਜਾ ਵੀ ਲੈ ਆਵੇ, ਹੋ ਸਕਦਾ ਵਜਾ ਵੀ ਲਵੇ, ਪਰ ਸੰਤ ਮਹਾਰਾਜ ਆਪ ਨਹੀਂ ਸੀ ਬੋਲਦੇ, ਉਹਨਾਂ ਦੇ ਵਿੱਚੋਂ ਉਹਨਾਂ ਦੀ ਕਮਾਈ ਬੋਲਦੀ ਸੀ, ਖਿੱਚ ਪਾਉਂਦੀ ਸੀ, ਖਿੱਚ ਸੀ ਉਹਨਾਂ ਦੇ ਵਿੱਚ, ਰੂਹਾਨੀਅਤ ਦੀ ਚੁੰਬਕ ਸੀ, ਜਿਹੜਾ ਵੀ ਇੱਕ ਵਾਰੀ ਦਰਸ਼ਨ ਕਰ ਲੈਂਦਾ ਸੀ ਉਹਨਾਂ ਦਾ ਹੀ ਉਹ ਬਣ ਕੇ ਰਹਿ ਜਾਂਦਾ ਸੀ। ਅਤੇ ਜਦੋਂ ਸੰਤ ਮਹਾਰਾਜ ਨੇ ਸਾਧ ਸੰਗਤ ਜੀ ਸੱਚਖੰਡ ਜਾਣ ਦਾ ਮਹਾਰਾਜ ਦਾ ਸਮਾਂ ਆਇਆ ਸੀ ਨਾ, ਅਤੇ ਪਹਿਲਾਂ ਦੱਸਿਆ ਸੀ ਬੜੀਆਂ ਰਮਜ਼ਾਂ ਮਾਰੀਆਂ ਸੀ, ਪਰ ਸਾਧੂਆਂ ਦੀਆਂ ਰਮਜ਼ਾਂ ਨੂੰ ਸਮਝਣਾ ਵੀ ਕਿਹੜਾ ਸੁੱਖ ਹੈ, ਗੁਰੂ ਮਹਾਂਪੁਰਖਾਂ ਦੀਆਂ ਰਮਜ਼ਾਂ ਨੂੰ ਸਮਝਣਾ ਆਪਣੇ ਲੋਕਾਂ ਦੇ ਵੱਸ ਦੀ ਗੱਲ ਨਹੀਂ, ਉਹ ਸਮਝ ਸਕਦਾ ਜਿਹਦੀ ਬਿਰਤੀ ਸਾਧੂਆਂ ਵਾਲੀ ਹੋਵੇ, ਉਹਨੂੰ ਪਤਾ ਲੱਗ ਜਾਂਦਾ ਕਿ ਇਹ ਕੀ ਰਮਜ਼ ਮਾਰਦੇ ਨੇ, ਪਰ ਦੁਨੀਆਂ ਦੇ ਲੋਕ ਨਹੀਂ ਸਮਝ ਸਕਦੇ। ਆਪਾਂ ਦੁਨੀਆਂ ਦੇ ਇਸ਼ਾਰੇ ਸਮਝਦੇ ਹਾਂ, ਦੁਨੀਆਂ ਦੀਆਂ ਆਵਾਜ਼ਾਂ ਬਾਰੇ ਆਪਾਂ ਨੂੰ ਪਤਾ ਲੱਗ ਜਾਏਗਾ, ਪਰ ਰੱਬ ਦੇ ਪਿਆਰੇ ਪਛਾਣ ਲੈਂਦੇ ਨੇ ਸੱਚ ਬੋਲਦਾ ਕਿ ਝੂਠ ਬੋਲਦਾ, ਇਹ ਜਿਹੜਾ ਬੋਲਦਾ ਇਹਦੇ ਚੋਂ ਗੁਰਮੁਖਤਾ ਹੀ ਬੋਲਦੀ, ਇਹ ਕਿਹਦੇ ਵਿੱਚੋਂ ਮਨਮੁਖਤਾ ਹੀ ਬੋਲਦੀ, ਸਾਡੇ ਬੂਹੇ ਦੇ ਵਿੱਚੋਂ ਸਾਡੇ ਗੇਟ ਅੱਗੋਂ ਜੇ ਕੋਈ ਟਰੈਕਟਰ ਲੰਘ ਰਿਹਾ ਹੋਵੇ ਤੇ ਅਸੀਂ ਆਵਾਜ਼ ਵੇਖ ਕੇ ਪਛਾਣ ਲੈਣਾ ਵੀ ਇਹ ਕਿਹੜਾ ਟਰੈਕਟਰ ਜਾ ਰਿਹਾ, ਇਹ ਆਇਸ਼ਰ ਹੈ, ਇਹ ਫੋਰਡ ਹੈ,
ਇਹ ਕਿਹੜਾ ਟ੍ਰਿਕਰ ਹੈ, ਕਿਉਂਕਿ ਸਾਡੇ ਕੰਨਾਂ ਉਹਦੀ ਪਛਾਣ ਹੈ ਸਾਨੂੰ। ਦਰਵਾਜ਼ੇ ਅੱਗੋਂ ਲੰਘਿਆ ਪਤਾ ਲੱਗ ਜਾਣਾ ਵੀ ਮੋਟਰਸਾਈਕਲ ਲੰਘਿਆ ਕਿ ਸਕੂਟਰ ਲੰਘਿਆ, ਪਤਾ ਲੱਗ ਜਾਣਾ ਗੱਡੀ ਕਿਹੜੀ ਲੰਘੀ ਹੈ, ਉਹਦੀ ਆਵਾਜ਼ ਦੀ ਸਾਨੂੰ ਲੋਕਾਂ ਨੂੰ ਪਛਾਣ ਹੈ। ਸਾਨੂੰ ਪਤਾ ਵੀ ਜੇ ਕੋਈ ਰਿਸ਼ਤੇਦਾਰ ਆਉਂਦਾ ਆਵਾਜ਼ ਮਾਰਦਾ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਫਲਾਣਾ ਆਇਆ ਬਾਹਰ। ਟੈਲੀਫੋਨ ਆਉਂਦਾ ਤੇ ਆਵਾਜ਼ ਪਛਾਣ ਕੇ ਗੱਲ ਕਰ ਲੈਂਦਾ ਵੀ ਫਲਾਣੇ ਦੀ ਆਵਾਜ਼, ਆਵਾਜ਼ ਪਛਾਣਦੇ ਹਾਂ। ਅਸੀਂ ਲੋਕ ਦੁਨੀਆਂ ਦੀਆਂ ਆਵਾਜ਼ਾਂ ਪਛਾਣ ਸਕਦੇ ਹਾਂ, ਸੰਸਾਰ ਦੀ ਆਵਾਜ਼ ਪਛਾਣ ਸਕਦੇ ਹਾਂ, ਪਰ ਰੱਬ ਦੇ ਪਿਆਰੇ ਨਿਰੰਕਾਰ ਦੀ ਆਵਾਜ਼ ਪਛਾਣ ਦਿੰਦੇ ਸਾਨੂੰ ਨਹੀਂ ਪਛਾਣ। ਸਾਨੂੰ ਕਦਰ ਨਹੀਂ, ਸਾਡੀ ਲੋਕਾਂ ਦੀ ਬੁੱਧੀ ਇੱਥੋਂ ਤੱਕ ਨਹੀਂ ਪਹੁੰਚੀ ਕਿ ਅਸੀਂ ਪਛਾਣ ਸਕੀਏ। ਦਰਵਾਜ਼ੇ 'ਤੇ ਆਏ ਬੰਦੇ ਨੂੰ ਤਾਂ ਅਸੀਂ ਪਛਾਣ ਸਕਦੇ ਹਾਂ, ਅਸੀਂ ਸਾਧੂ ਨੂੰ ਨਹੀਂ ਪਛਾਣ ਸਕਦੇ। ਸਾਧ ਸੰਗਤ ਜੀ, ਗਿਆਨ ਦਾ ਸੁਰਮਾ ਨਹੀਂ ਅਜੇ ਮਿਲਿਆ ਅਤੇ ਸੰਗਤ ਵਿੱਚੋਂ ਉਹ ਬਖਸ਼ਿਸ਼ ਹੁੰਦੀ ਹੈ। ਜਿਵੇਂ ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਬੈਠੇ ਸੀ, ਜੋੜੇ ਗੰਢ ਰਹੇ ਨੇ, ਬੜੀ ਮਸਤੀ 'ਚ ਬੈਠੇ ਨੇ, ਧਨ ਨੇ ਇੱਡੀ ਉੱਚੀ ਅਵਸਥਾ ਦੇ ਮਾਲਕ ਹੋ ਗਏ, ਫਿਰ ਵੀ ਜੋੜੇ ਗੰਢ ਦੇ। ਭਗਤ ਰਵਿਦਾਸ ਜੀ ਜੋੜੇ ਗੰਢ ਰਹੇ ਨੇ, ਨਾਲ ਰਾਮ ਰਾਮ ਚੱਲ ਰਿਹਾ, ਉੱਧਰੋਂ ਹੱਥਾਂ ਨਾਲ ਕਿਰਤ ਕਰ ਰਹੇ ਨੇ, ਅਤੇ ਇੱਕ ਆਇਆ ਕੋਈ ਪ੍ਰੇਮੀ, ਕਹਿੰਦਾ ਜੀ ਜੋੜਾ ਗੰਢ ਦਿਓ। ਗੰਢ ਦਿੱਤਾ, ਫਿਰ ਰਾਮ ਰਾਮ ਲੱਗ ਪਏ ਕਰਨ। ਪਰਮੇਸ਼ੁਰ ਨੇ ਬ੍ਰਾਹਮਣ ਦਾ ਰੂਪ ਧਾਰ ਲਿਆ, ਕਹਿੰਦੇ ਰੱਬ ਆ ਗਿਆ ਬ੍ਰਾਹਮਣ ਬਣ ਕੇ, ਅਤੇ ਬ੍ਰਾਹਮਣ ਦਾ ਰੂਪ ਧਾਰ ਕੇ ਪਾਟੇ ਜੇ ਕੱਪੜੇ ਪਾਏ ਹੋਏ ਨੇ ਅਤੇ ਟੁੱਟੀ ਹੋਈ ਜੁੱਤੀ ਪਾਈ ਹੈ, ਆ ਕੇ ਰਵਿਦਾਸ ਜੀ ਦੇ ਕੋਲ ਜੋੜਾ ਰੱਖਦਾ, ਕਹਿੰਦੇ ਰਵਿਦਾਸ ਜੀ ਮੇਰਾ ਜੋੜਾ ਗੰਢ ਦਿਓ, ਮੇਰਾ ਜੋੜਾ ਗੰਢ ਦਿਓ, ਮੈਂ ਬੜਾ ਗਰੀਬ ਹੈ, ਮੇਰੇ ਕੋਲ ਪੈਸਾ ਕੋਈ ਨਹੀਂ, ਮੈਂ ਦੇ ਨਹੀਂ ਤੁਹਾਨੂੰ ਕੁਝ ਸਕਦਾ, ਮੈਂ ਫਰੀ ਗਣਾਉਣੀ ਹੈ ਜੁੱਤੀ, ਮੇਰੇ ਕੋਲ ਹੈ ਵੀ ਕੁਝ ਨਹੀਂ, ਮੈਂ ਤੁਹਾਨੂੰ ਦੇਵਾਂ। ਭਗਤ ਜੀ ਮੈਂ ਜੋੜਾ ਗੰਢਾਉਣਾ ਅਤੇ ਗੰਢਾਉਣਾ ਵੀ ਫਰੀ ਹੈ। ਅਤੇ ਭਗਤ ਰਵਿਦਾਸ ਜੀ ਕੋਲ ਕਹਿੰਦਾ ਮੈਂ ਬੜਾ ਗਰੀਬ ਹੈ, ਅਤੇ ਗਿਆਨ ਸੀ ਉਸੇ ਸਮੇਂ ਪਛਾਣ ਲਿਆ ਇਹ ਆਵਾਜ਼ ਸੰਸਾਰ ਦੇ ਕਿਸੇ ਬੰਦੇ ਦੀ ਨਹੀਂ, ਇਹ ਤੇ ਨਿਰੰਕਾਰ ਆਇਆ ਬ੍ਰਾਹਮਣ ਬਣ ਕੇ, ਪਛਾਣ ਲਿਆ ਉਸੇ ਸਮੇਂ। ਉਸ ਸਮੇਂ ਆਖਿਆ ਭਗਤ ਜੀ, ਪੰਡਿਤ ਜੀ ਤੁਸੀਂ ਬੜੇ ਗਰੀਬ ਹੋ, ਤੁਹਾਡੇ ਕੋਲ ਕੋਈ ਪੈਸਾ ਨਹੀਂ? ਕਹਿੰਦੇ ਕੋਈ ਪੈਸਾ ਨਹੀਂ। ਗਰੀਬ ਹੋ? ਕਹਿੰਦੇ ਹਾਂ। ਕਹਿੰਦੇ ਜਾਓ ਫਿਰ, ਮੇਰੇ ਕੋਲ ਜੋੜਾ ਗੰਢਣ ਵਾਲਾ ਸਮਾਨ ਨਹੀਂ ਹੈ, ਜਾਓ ਚਲੇ ਜਾਓ। ਉਸ ਸਮੇਂ ਉਹ ਬ੍ਰਾਹਮਣ ਰੱਬ ਸੀ ਨਾ, ਆ ਕੇ ਬ੍ਰਾਹਮਣ ਬਣ ਕੇ ਆਇਆ, ਉਹ ਕਹਿੰਦਾ ਲੋਕ ਤੈਨੂੰ ਭਗਤ ਕਹਿੰਦੇ ਆ ਤੇ ਤੂੰ ਭਗਤ ਹੋ ਕੇ ਝੂਠ ਬੋਲਦਾ, ਹੁਣ ਤੇ ਤੇਰੇ ਮੇਰੇ ਸਾਹਮਣੇ ਇੱਕ ਬੰਦਾ ਜੋੜਾ ਗੰਢਾ ਕੇ ਲਿਆ ਹੈ, ਉਹਦਾ ਜੋੜਾ ਤੂੰ ਗੰਢ ਦਿੱਤਾ, ਮੇਰਾ ਜੋੜਾ ਕਿਉਂ ਨਹੀਂ ਗੰਢਦਾ, ਉਹ ਤੂੰ ਭਗਤ ਹੋ ਕੇ ਝੂਠ ਬੋਲਦਾ। ਭਗਤ ਰਵਿਦਾਸ ਜੀ ਕਹਿੰਦੇ ਮੈਂ ਤੇ ਇੱਕ ਭਗਤ ਹੋ ਕੇ ਝੂਠ ਬੋਲਦਾ, ਤੂੰ ਰੱਬ ਹੋ ਕੇ ਝੂਠ ਬੋਲਦਾ, ਤੂੰ ਕਹਿੰਦਾ ਮੈਂ ਬੜਾ ਗਰੀਬ ਹੈ ਜੀ, ਮੇਰੇ ਕੋਲ ਹੈ ਹੀ ਕੱਖ ਨਹੀਂ, ਉਹ ਆ ਤੇਰਾ ਹੀ ਹੈ ਸਾਰਾ ਕੁਛ, ਮੈਂ ਵੀ ਤੇਰਾ ਹੀ, ਆ ਸਾਰੀ ਦੁਨੀਆ ਹੀ ਤੇਰੀ ਹੋਈ ਹੈ, ਹੈ ਕੀ ਹੈ ਤੇਰੇ ਤੋਂ ਬਿਨਾਂ, ਹੈ ਕੀ ਹੈ, ਜਿੱਥੇ ਵੇਖੋ ਤੂੰ ਹੀ ਤੂੰ ਨਜ਼ਰ ਆਉਂਦਾ ਹੈ। ਸੰਤ ਮਹਾਰਾਜ ਪੜ੍ਹਦੇ ਹੁੰਦੇ ਸੀ ਨਾ, ਤੂੰ ਹੀ ਮੋਹੇ ਨਾ, ਤੂੰ ਹੀ ਤੂੰ ਹੀ ਮੋਹੇ ਨਾ।